नामदेव आओ कलंदर केसवा, कर अब्दाली भेसवा रहाओ। जिन्नी आकाश कुलै सिर कीनी, कौसै सप्त पयाला, चमर पेश का मंदर तेरा, ए विद बने गोपाला। हाँ जी, आओ कलंदर केसवा। अच्छा जी, अपने पूल नाल। अच्छा जी, ओ तो कहदी आओ कलंदर केसवा। हां हां, खाण तो दाली केसवा। अच्छा जी, पूरा नहीं हैगा जो दाली केसवा है, क्योंकि शरीर हैगा। अच्छा जी, दाल है। अच्छा जी, दाल भी है, भेस भी है, भेस तो शरीर करके है। हां, अच्छा जी, बुद्धि कह रही हैगी है, बुद्धि का चेतना सामना होया जरा जदी गल है जी। फिर अपने गोल नू खोजी जरे कहू। अच्छा, कलंदर क्या होया, कलंदर केसवा ओनू क्या होया है जी? अच्छा जी, कर अब्दाली भेस केसो केसो कुकी है, बस हो ये आसार है। ठीक है जी। कर मतलब होया होया तेरा बेस अब्दाली वाला, कर अब्दाली बेस वा अब्दाली भेस भी अब्दाली वाला पेस तेरा होया होया, कर अब्दाली बेसवा ये बनता जी। करया होया है। अच्छा जी, करी है ना, करी है तेरा। अच्छा, अपना तू अब्दाली भेस करया हो। ठीक है जी। जिन्हें आकाश कुलै सिर कीनी, कौसै सबत प्याला, चमर पोश का मंदिर तेरा, ए विद बने गोपाला। गोपाले नो ही है, गोपाला कहता ना। हां जी, गोपाला दले नहीं नो। अच्छा जी, ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਬੋਲਾ ਆਕਾਸ਼। ਆਕਾਸ਼ ਹੈ ਤੇਰਾ ਸਰੀਰ, ਜਿਹੜਾ ਜਿੰਨਾ ਕੁ ਆਕਾਸ਼ ਤੇ ਘੇਰਿਆ ਘੇਰਿਆ, ਬਾਕੀ ਆਕਾਸ਼ ਓਦਾਂ ਹੀ ਸਿਰ ਤੇ ਰੱਖਿਆ ਹੈ। ਅੱਛਾ ਜੀ, ਜਿਵੇਂ ਟੋਪੀ ਰੱਖੀ ਹੁੰਦੀ ਹੈ, ਕੁੱਲਾ ਰੱਖਿਆ ਹੁੰਦਾ। ਬੋਲਾ ਆਕਾਸ਼ ਸਰਕੀਦੀ। ਹਾਂਜੀ, ਤੇਰੇ ਸਿਰ ਤੇ ਤਾਂ ਆਕਾਸ਼ ਓੜਿਆ ਹੋਇਆ ਤੈ। ਜਿਹੜੇ ਸੱਤੇ ਗਿਆਨ ਅੰਦਰੇ ਨੇ, ਇਹਦੇ ਨਾਲ ਤੇਰਾ ਕੋਈ ਲਿੰਕ ਨਹੀਂ ਹੈ। ਇਹਨਾਂ ਤੋਂ ਤੇਰਾ ਸੰਤੋਖ ਧਾਰਿਆ ਹੋਇਆ, ਇਹਨਾਂ ਨਾਲ ਤਾਂ ਮਨ ਦਾ ਲਿੰਕ ਸੀਗਾ ਨਾ। ਇਹਨਾਂ ਨੂੰ ਸੰਤੋਖ ਆ ਗਿਆ ਹੁਣ। ਅੱਛਾ ਜੀ, ਠੀਕ ਹੈ। ਕੌਸੇ ਦਾ ਮਤਲਬ, ਕੌਸੇ ਦਾ ਭਾਵ ਕੀ ਹੈ ਜੀ? ਕੌਸੇ ਸ਼ਬਦ ਪਿਆਲਾ, ਇਹਦੇ ਨਾਲ ਕੁਛ ਪ੍ਰਾਪਤੀ ਹੁੰਦੀ ਹੈ। ਅੱਛਾ ਜੀ, ਇਹ ਹੁਣ ਤੇਰੇ ਜਿਹੜੇ ਨੇ ਨਾ ਭਰ ਕੇ, ਕਿਉਂਕਿ ਜਦ ਬੁੱਧੀ ਛੱਡ ਕੇ ਬਾਹਰ ਆ ਗਈ ਅੰਦਰ, ਤ੍ਰਿਕੁਣੀ ਛੱਡਿਆ ਮਨ ਵੀ। ਅੱਛਾ ਜੀ, ਅੱਖਾਂ ਤੇ ਇਹ ਤਾਂ ਫਿਰ ਬਾਹਰ ਦਾ ਤਾਂ ਜੋ ਕੰਮ ਕਰਨਾ ਤਾਂ ਇਹਨਾਂ ਦਾ ਹੋ ਲਿਆ, ਇਹ ਆਨੰਦ ਹੋ ਲਏ। ਅੱਛਾ ਜੀ, ਬਸ ਇਹਨਾਂ ਦਾ ਕੋਈ ਕੰਮ ਨਹੀਂ ਰਹਿ ਗਿਆ। ਧੋਖੇ ਗਏ ਇਹ। ਇਹਨਾਂ ਨੇ ਜੋ ਗਿਆਨ ਲੈਣਾ ਤਾਂ ਸੰਸਾਰ ਦਾ ਲੈ ਲਿਆ। ਅੱਛਾ ਜੀ, ਤੇ ਭਰਪੂਰ ਹੋ ਗਏ। ਪਿਆਲਾ, ਠੀਕ ਹੈ ਜੀ। ਚਮਰ ਪੋਸ਼ ਕਾ ਮੰਦਰ ਤੇਰਾ, ਇਹ ਵਿਦ ਬਣੇ ਗੋਪਾਲਾ। ਆ ਜਿਹੜਾ ਮੰਦਰ ਹੈ, ਇਹਦੇ ਵਿਚ ਰਹਿਣਾ ਚਮਰ ਪੋਸ਼ ਦੇ ਚੋਣ ਤੂੰ। ਹਾਂ ਹਾਂ, ਵਿਚ ਰਹੀ ਦਾ ਨਾ। ਬਾਹਰ ਨੀ ਝਾਕਦਾ ਹੁਣ, ਬਾਹਰੋਂ ਕੋ ਸੁਣਨਾ ਝਾਕਣਾ ਛੱਡਤਾ ਸਾਰਾ। ਅੱਛਾ ਜੀ,
ਅੱਛਾ ਜੀ ਇਹ ਬਣੇ ਗੋਪਾਲਾ ਹੁਣ ਗੋਪਾਲਾ ਤਾਂ ਹੈ ਤੂੰ ਪਾਲਣਾ ਕਰਦੇ ਆ ਕਿਹਦੀ ਗਿਆਨ ਮਤਲਬ ਸੁਰਤ ਦੀ ਪਾਲਣਾ ਕਰਦੇ ਆ ਇਹਨੂੰ ਮਰਦ ਤੋਂ ਬਚਾਉਣਾ ਤਾਂ ਕਿ ਇਹ ਸੁਰਤ ਹੁਣ ਸੋਵੇ ਹੀ ਨਾ ਨੀਂਦ ਆਵੇ ਨਾ ਮਰੇ ਹੀ ਨਾ ਹੈ ਕਦੇ ਅੱਛਾ ਜੀ ਠੀਕ ਹੈ ਜੀ ਚਮਰ ਪਾਲਣਾ ਦੇਖਣਾ ਚਮਰ ਪੋਸ਼ ਦਾ ਆਹੀ ਭਾਵ ਹੈ ਜੀ ਵੀ ਵਾਲਾ ਸ਼ਰੀਰ ਅੱਛਾ ਜੀ ਅੱਛਾ ਜੀ ਚਮਰ ਪੋਸ਼ ਹੀ ਦੀਨਾ ਬਾਹਰੋਂ ਆਪਾਂ ਨੂੰ ਹੋਰ ਤਾਂ ਕੋਈ ਦੀਨਾ ਹੀ ਦੀਨਾ ਹੀ ਨਹੀਂ ਹਾਂਜੀ ਆ ਚਮੜਾ ਹੀ ਦੀਨਾ ਬਾਹਰੋਂ ਉਹ ਅੰਦਰ ਬਾਕੀ ਦਾ ਸਭ ਅੰਦਰ ਹੈ ਅੱਛਾ ਜੀ ਠੀਕ ਹੈ ਜੀ 56 ਕੋਟ ਕਾ ਪਹਿਨ ਤੇਰਾ 16 ਸਹਿਸ ਇਜਾਰਾ ਭਾਰ 18 ਮੁਦਗਰ ਤੇਰਾ ਸਹਿਨਕ ਸਭ ਸੰਸਾਰ ਚੱਪਲ ਨੂੰ ਛੱਪਣ ਵਾਸਤੇ ਕੋਟ ਹੈ ਤੇਰੇ ਕੋਟ ਇੱਕ ਵਜਨ ਕੋਟ ਟੈਂਕ ਨੂੰ ਸਿਆਰੀ ਹੈ ਹਾਂਜੀ ਟੈਂਕ ਨੂੰ ਸਿਆਰੇ ਤਾਂ ਇੱਕ ਵਜਨ ਅੱਛਾ ਜੀ ਜੇ ਪਲੂਰਲ ਹੋਵੇ ਫੇਰ ਫੇਰ ਉਹ ਹੋ ਜਾਏਗਾ ਮੁਕਤਾ ਹੋ ਜਾਏਗਾ ਹਾਂਜੀ ਹੋਣਾ ਚਾਹੀਦਾ ਮੁਕਤਾ ਅੱਛਾ ਜੀ ਠੀਕ ਹੈ ਜੀ ਚੱਪਲ ਕੋਟ ਕਾ ਮੰਦਰ ਤੇਰਾ ਕਾ ਪਹਿਨ ਤੇਰਾ ਹਾਂਜੀ ਪਹਿਨ ਤੇਰਾ ਛੱਪਣ ਵਾਸਤੇ ਤੇਰੇ ਕੋਲ ਕਿਲਾ ਹੈ ਉਹੀ ਕਿਲਾ ਹੈ ਕਿਉਂ ਗੜ ਕਿਉਂ ਲੀਜਿਆ ਗੜ ਬੰਕਾ ਭਾਈ ਅੱਛਾ ਜੀ ਕਿਲਾ ਹੈ ਉਹਦੇ ਕੋਲ ਜਿਹੜਾ ਬਾਲਾ ਸ਼ਰੀਰ ਹੈ ਇਹਦੇ ਵਾਸਤੇ ਇਜਾਰੇਦਾਰੀ ਹੈ ਇਹ ਕਿਰਾਏ ਦਾ ਘਰ ਹੈ ਤਾਂ ਥੋੜਾ ਸਾ ਇਜਾਰਾ ਇਜਾਰਾ ਹਾਂਜੀ ਇਹਦੇ ਜਿਹੜਾ ਇਹਦੇ ਵਾਸਤੇ ਮਤਲਬ ਹੈ ਬਹੁਤ ਕੁਛ ਖਾਣ ਪੀਣ ਨੂੰ ਜਿਹੜਾ ਹੈਗਾ ਉਹ ਵੀ ਜਿਵੇਂ ਤੀ ਪਦਾਰਥ ਕਹੇ ਹੋਏ ਨੇ ਆਪਣੇ 36 ਤਾਂ ਹੈ ਨੀ ਸਾਰੀਆਂ ਜੂਨਾਂ ਦੇ ਜੇ ਆਪਾਂ ਗਿਣੀਏ ਉਹਨੇ 16 ਕਹਿਤਾ 1600 16 ਨੂੰ ਕਹਿੰਦੇ ਨੇ ਨਾ 100 ਨੂੰ ਕਹਿੰਦੇ ਨੇ ਅੱਛਾ ਜੀ ਸਹਿਜ ਦਾ ਅਰਥ 1000 ਕਰ ਲੈਂਦੇ ਨੇ ਪਰ ਸਹਿਜ ਦਾ ਅਰਥ ਸੈਂਕੜਾ ਹੀ ਹੁੰਦਾ ਅੱਛਾ ਜੀ 1000 ਦਾ ਅਰਥ ਸੰਸਰ ਹੁੰਦਾ ਸੰਸਰ ਅੱਛਾ ਜੀ ਸੰਸਰ ਦਾਨ ਦੇ ਅੰਦਰ ਆਇਆ ਅੱਛਾ ਜੀ ਸਹਿਸ ਕਹਿੰਦੇ ਨੇ ਸਹਿਸ ਤਬ ਨੈਣ ਸੈਂਕੜੇ ਅੱਖਾਂ ਦੇ ਰਹੀਆਂ ਅੱਛਾ ਜੀ ਸੈਂਕੜੇ ਜਾਂ ਅਣਗਿਣਤ ਸੈਂਕੜੇ ਦਾ ਹਜ਼ਾਰਾਂ ਤਾਂ ਹੋ ਸਕਦਾ ਪਰ ਹਜ਼ਾਰ ਨਹੀਂ ਉਹ ਲਫ਼ਜ਼ ਹੈਗਾ ਅੱਛਾ ਜੀ ਸਬਤ 17 ਸਹਿਸ ਭੜੀਜੈ ਅਰਦ ਸਹਿਸ ਫਮਤੀਰ ਕਹੀਜੈ ਆਦਰ ਵਿਸ਼ੁੱਧ ਵੀ ਸ਼ੁਦੀ ਅਸ਼ਟਮੀ ਰਵ 12 ਤੀਰ 7 ਦਰਵ ਗ੍ਰੰਥ ਸੁਧਾਰਾ ਤਾਂ ਸਹਿਸ ਅਮਲ 100 ਹੋਇਆ ਅੱਛਾ ਜੀ ਹਜ਼ਾਰ ਸੋਈ ਹਜ਼ਾਰ ਬੁਲ ਲੈਂਦੇ ਨੇ ਪਰ ਪਤਾ ਨੀ ਕਿਉਂ ਬੁਲ ਲੈਂਦੇ ਨੇ ਠੀਕ ਹੈ ਜੀ ਸੈਂਕੜੇ ਪਦਾਰਥ ਨੇ ਤੇਰੇ ਖਾਣ ਵਾਲੇ ਬਾਹਰ ਇਹ ਤਾਂ ਕਿਰਾਏ ਦਾ ਘਰ ਹੈ ਇਹ ਤਾਂ ਯਾਰੇਦਾਰੀ ਛੱਡ ਜਾਂਦੇ ਨੇ ਜਿਹੜੇ ਆਪਣੇ ਦੀ ਹੁੰਦੇ ਉਹ ਬਾਹਰ ਨੀ ਹੁੰਦੇ ਅੱਛਾ ਜੀ ਇਜਾਰਾ ਦਾ ਮਤਲਬ ਬਗਾਨਾ ਜੀ ਯਾਰਾ ਹੁੰਦਾ ਫਿਲਹਾਲ ਆਪਣਾ ਪਰ ਆਪਣਾ ਹੈ ਨੀ ਅੱਛਾ ਜੀ ਠੀਕ ਕਿਰਾਏ ਤੇ ਘਰ ਲੈ ਲਿਆ ਠੀਕ ਹੈ ਜੀ ਇੱਕ ਤੇ ਜ਼ਮੀਨ ਲੈ ਲਈ ਉਹੀ ਕੰਮ ਹੈ ਇਬਰੇਨੀ ਮਾਲਕੀ ਹੈ ਜਿਹਦੇ ਤੇ ਕਹਿ ਲਓ ਠੀਕ ਹੈ ਜੀ ਤੇ ਪਹਿਨ ਦਾ ਕੀ ਭਾਵ ਸੀਗਾ ਪਹਿਨ 56 ਕੋਟ ਦਾ ਪਹਿਨ ਤੇਰਾ ਪਹਿਨਣ ਵਾਲਾ ਜਿੱਥੇ ਲੁਕਣਾ ਤੇ ਛਿਪਣ ਵਾਸਤੇ ਅੱਛਾ ਜੀ ਠੀਕ ਹੈ ਕੋਟ ਵੈਸੇ ਸਿੰਗੂਲਰ ਹੀ ਹੈਗਾ ਕੋਟ ਵਾਸਤੇ ਆਈ ਹੈ ਤੇ 56 ਨੂੰ ਆਪਾਂ 56 ਕਹਿਣਾ 56 ਕ ਪਾਉਣ ਵਾਲਾ ਕਹਿਣਾ ਛੁਪਣ ਵਾਸਤੇ ਅੱਛਾ 56 ਨਹੀਂ ਛੁਪਣ ਵਾਸਤੇ ਅੱਛਾ ਜੀ 56 ਹੁੰਦਾ ਫਿਰ ਕੋਟ ਨਾਲ ਲੱਗਦਾ ਪਲੂਰਲ ਅੱਛਾ ਜੀ ਕੋਟ ਇੱਕ ਨਹੀਂ ਲੱਗਦਾ 56 ਕਿਲੇ ਆਪਾਂ ਬੰਦੀਏ ਹਾਂ ਫਿਰ ਸਿਆਰੀ ਨੀ ਸੀ ਚਾਹੀਦੀ ਠੀਕ ਹੈ ਜੀ ਹਾਂਜੀ ਭਾਰ 18 ਮੁਦਗਰ 13 ਉਹ ਪਤਾ ਨੀ ਕੀ ਅਰਥ ਕਰ ਲੈ 56 ਕਰੋੜ ਦਾ ਤੇਰਾ ਉਹ ਹੈ ਪੁਸ਼ਾਕ ਹੈ ਤੇਰੀ
ਕਿਆ ਫਿਰ ਇਹ ਗਲਤ ਕਰਦੇ? ਹਾਂਜੀ, ਉਹਨਾਂ ਨੂੰ ਫਿਰ ਕਿਉਂਕਿ ਉਹ 56 ਨੂੰ 56 ਕਰਦੇ ਆ, 56 ਕਰੋੜ ਮੇਘ ਵਾਲਾ ਤੇਰਾ ਚੋਗਾ ਹੈ, 56 ਕਰੋੜ ਮੇਘ ਵਾਲਾ ਤੇਰਾ ਚੋਗਾ ਹੈ, ਕਰੋੜ ਹੀ ਕਰਦੇ ਹੋ ਵੀ ਪਰ 56 ਕਰੋੜ ਕਹਿ ਦਿੰਦੇ ਆ। ਮੇਘ ਕਿੱਥੇ? ਮੇਘ ਤਾਂ ਗਾਹਾਂ ਆਊਗਾ ਜੋ ਅੱਗੇ ਹੈ ਮੇਘ ਵਾਲਾ, ਜਿਹੜਾ ਤੇਰਾ ਹਜ਼ਾਰੇਦਾਰੀ ਹੈ ਉੱਥੇ ਮੇਘ ਵਾਲਾ ਦੀ ਲੋੜ ਹੈ, 16 ਸਾਹਿਬ ਹਜ਼ਾਰੇ ਨੂੰ ਮੇਘ ਵਾਲਾ ਦੀ ਲੋੜ ਹੈ। ਅੱਛਾ ਜੀ, ਜਿਹੜੇ ਖੇਤ ਚ ਖੇਤੀ ਉਹ ਮੇਘ ਵਾਲਾ ਦੀ ਉੱਥੇ ਲੋੜ ਹੈ। ਹਾਂਜੀ, ਬਾਹਰਲੇ ਸਰੀਰ ਨੂੰ ਮੇਘ ਵਾਲਾ ਦੀ ਲੋੜ ਹੈ, ਦਲੇ ਨੂੰ ਵੀ ਲੋੜ ਹੈਗੀ। ਅੱਛਾ ਜੀ, ਸੁਪਨਾ ਦਲੇ ਖੁਰਾਕ ਬਾਹਰਲੇ ਸਰੀਰ ਦੀ ਹੈ, ਟੈਂਪਰੇਰੀ ਬਾਹਰਲੇ ਸਰੀਰ ਦੇ ਨਾਲ ਅਟੈਚਮੈਂਟ ਹੈ, ਟੈਂਪਰੇਰੀ ਉਹਦੀ ਖੁਰਾਕ ਹੈ। ਠੀਕ ਹੈ ਜੀ, ਕੋਲੋਂ ਖੇਤ ਵੀ ਨੇ, ਖੇਤੀ ਕਰਦੇ ਨੇ ਲੋਕ। ਹਾਂਜੀ, ਯਾਰੇਦਾਰੀ ਵੀ ਹੈ। ਠੀਕ ਹੈ ਜੀ, ਭਾਰ 18 ਹੈ, ਮੁਦਗਰ ਤੇਰਾ ਸਹਿਨਕ ਸਭ ਸੰਸਾਰਾ, ਜਿਹੜਾ ਤੇਰਾ ਹੁਕਮ ਹੁਕਮ ਦਾ ਜਿਹੜਾ, ਜੇ ਆਪਾਂ ਇਹ ਕਹਿ ਲਈਏ ਵੀ 18 ਭਾਰ ਸਾਰੀ ਸ੍ਰਿਸ਼ਟੀ ਦਾ ਜਿੰਨਾ ਹੈਗਾ ਸਾਰਿਆਂ ਦੇ ਉੱਤੇ ਤੇਰਾ, 18 ਭਾਰ ਦੇ ਉੱਤੇ ਤੇਰਾ ਚੱਲਦਾ ਮੁਦਗਰ, ਸਾਰਾ ਸੰਸਾਰ ਇਹ ਬਰਦਾਸ਼ਤ ਕਰਦਾ, ਤੇਰੇ ਹੁਕਮ ਦਾ ਭਾਰ ਸਾਰਿਆਂ ਦੇ ਸਿਰ ਤੇ, ਹੁਕਮ ਦੇ ਵੱਧੇ ਨੇ ਸਾਰੇ। ਭੈਣ ਨੇ ਤੇਰੇ, ਠੀਕ ਹੈ, ਤੇਰੀ ਭੈਣ ਦੇ ਭਾਰ ਥੱਲੇ ਨੇ ਸਾਰੇ, ਬੁਧਗਲ ਜਿਹੜਾ ਹੁਕਮ ਹੈ, ਤੁਮੇ ਹੁਕਮ ਨੂੰ ਖੰਡਾ ਵੀ ਕਿਹਾ ਨਾ, ਹੁਕਮ ਨੂੰ ਖੜਕ ਵੀ ਕਿਹਾ, ਨੇਜਾ ਵੀ ਕਿਹਾ ਨਾਮ ਨੂੰ, ਇੱਥੇ ਬੁਧਗਲ ਕਹਿਤਾ। ਉਧਰ ਵਿੱਚ ਆ ਜਾਂਦਾ ਗਦਾ ਦੀ ਸੰਸ ਵਿੱਚ ਆ ਜਾਂਦਾ। ਠੀਕ ਹੈ ਜੀ, ਸਹਿਨਕ ਸਹਿਨਕ ਸਭ ਸੰਸਾਰ। ਸਹਿਨਕ ਸਭ ਸੰਸਾਰ, ਹਾਂਜੀ, ਸਾਰਾ ਸੰਸਾਰ ਹੈ ਉਹਦੇ ਤੇ ਥੱਲੇ ਹੈ ਬੁਧਗਰ ਦੇ। ਅੱਛਾ ਜੀ, ਉਹਦੇ ਹੁਕਮ ਦੇ ਥੱਲੇ ਹੈ ਸੰਸਾਰ, ਸਾਰਿਆਂ ਨੂੰ ਬਰਦਾਸ਼ਤ ਕਰਨਾ ਪੈਂਦਾ, ਸਹਿਣਾ ਪੈਂਦਾ। ਅੱਛਾ ਜੀ, ਅੱਛਾ, ਦੇਹੀ ਮਹਿਜੀਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰੇ। ਦੇਹੀ ਜਿਹੜਾ ਹਿਰਦਾ ਹੈ ਮਹਿਜਿਦ ਹੈ, ਉਹ ਪਹਿਲਾਂ ਮੰਦਰ ਕਹਿਤਾ ਤੁਹਾਨੂੰ ਮਹਿਜਿਦ ਕਹਿਤਾ। ਅੱਛਾ ਜੀ, ਹਿਰਦਾ ਮਹਿਜਿਦ ਹੈ, ਹਿਰਦਾ ਹਿਰਦਾ ਜਿਹੜਾ ਹੈਗਾ। ਅੱਛਾ ਜੀ, ਮਨ ਮੌਲਾਨਾ, ਮਨ ਮੌਲਾਨਾ ਮੌਲਵੀ ਹੈ ਉੱਥੇ। ਅੱਛਾ ਜੀ, ਜੇ ਮਨ ਟੇਕ ਜਾਵੇ ਤਾਂ ਨਵਾਜ ਉਹਦੀ ਪ੍ਰਵਾਨ ਹੁੰਦੀ ਹੈ, ਤਾਂ ਨਵਾਜ ਗੁਜ਼ਾਰ ਸਕਦਾ ਉਹਨੂੰ। ਸਹਿਜ ਨਿਵਾਜ ਗੁਜ਼ਾਰ ਹੈ, ਸਹਿਜ ਅਵਸਥਾ ਚ ਹੋ ਕੇ ਮਨ ਨਵਾਜ ਗੁਜ਼ਾਰ ਸਕਦਾ ਹੈ, ਤੇ ਸਹਿਜ ਅਵਸਥਾ ਚ ਨਵਾਜ ਜਿਹੜੀ ਗੁਜ਼ਾਰੀ ਹੋਈ ਪ੍ਰਵਾਨ ਨਹੀਂ ਹੈ, ਸਹਿਜ ਅਵਸਥਾ ਚ ਹੋ ਕੇ ਨਵਾਜ ਗੁਜ਼ਾਰਨੀ ਚਾਹੀਦੀ ਹੈ। ਅੱਛਾ ਜੀ, ਬੀਬੀ ਕੌਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰ ਹੈ, ਨਿਰੰਕਾਰ ਆਕਾਰ ਹੈ, ਨਿਰੰਕਾਰ ਹੈ ਜਿਹੜਾ ਤੇਰਾ ਆਕਾਰ ਹੈ ਬੀਬੀ ਕੌਲਾ। ਅੱਛਾ ਜੀ, ਕੋਈ ਤੁਰਕੀ ਵਾਲੀ ਹੈ। ਅੱਛਾ ਜੀ, ਇੱਛਾ ਹੈ, ਇੱਛਾ ਸ਼ਕਤੀ ਹੈ ਜਿਹੜੀ ਬੀਬੀ ਕੌਲਾ, ਇਹਦੀ ਇੱਛਾ ਸ਼ਕਤੀ ਸਾਨੂੰ ਹੈ। ਅੱਛਾ ਜੀ, ਇੱਛਾ ਸ਼ਕਤੀ ਤੇਰੇ ਦੀ ਹੈ ਨਾ, ਜਿਹੜੀ ਦਾਸੀ ਹੈ ਉਹ ਇੱਛਾ ਤੇਰੇ ਆਦਮੀ ਦੀ ਦਾਸੀ ਹੁੰਦੀ ਹੈ, ਇੱਛਾ ਉਹਦੇ ਅਨੁਸਾਰ ਹੀ ਹੈ। ਅੱਛਾ, ਬੀਬੀ ਕੌਲਾ ਮਤਲਬ ਇੱਛਾ ਹੋਗੀ ਜੀ, ਸਹੀ ਹੈ, ਹੁੰਦੀ ਹੈ ਪਰਮੇਸ਼ਰ ਦੀ ਇੱਛਾ ਹੀ ਹੁੰਦੀ ਹੈ, ਪਰਮੇਸ਼ਰ ਦਾ ਜਿਹੜਾ ਹੈਗਾ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਮਤਲਬ ਹੈ ਹੁਕਮ, ਹੁਕਮ ਔਰ ਇੱਛਾ ਦੋ ਨਹੀਂ ਹੁੰਦੇ। ਅੱਛਾ ਜੀ, ਜੋ ਉਹਦਾ ਹੁਕਮ ਹੋਵੇ ਉਹਦੀ ਇੱਛਾ। ਚਾਰ ਹੁਕਮ ਦੋ ਹੁੰਦੇ ਹੀ ਨਹੀਂ, ਹੁੰਦੀ ਹੈ।
ਅੱਛਾ ਜੀ, ਬੀਬੀ ਕੋਲ ਨਾ ਸੌ ਕਾਇਨ ਤੇਰਾ, ਕਾਇਨ ਕੀ ਓਹਦੇ ਨਾਲ ਕਾਇਨ ਕਮਿਟਮੈਂਟ ਨੂੰ ਲਿਖਦੇ ਨੇ ਵੀ ਓਹਦੇ ਨਾਲ ਤੇਰਾ ਇਹ ਉਹ ਹੈ ਤੇਰਾ ਰਿਸ਼ਤਾ ਜਿਹੜਾ ਓਹਦਾ ਹੈਗਾ ਇਸਤਰੀ ਦਾਸੀ ਵਾਲਾ ਰਿਸ਼ਤਾ ਬੀਬੀ ਕੋਲ ਨੂੰ। ਅੱਛਾ, ਇੱਥੇ ਨਿਕਾਹ ਲਿਖਦੇ ਆ, ਕਾਇਨ ਨੂੰ ਨਿਕਾਹ ਲਿਖਦਾ ਨਾ, ਨਿਕਾਹ ਜਾਂ ਵਿਆਹ। ਬੀਬੀ ਬੀਬੀ ਦਰਅਸਲ ਸ਼ਬਦ ਹੈ ਓਹਦਾ ਹੀ, ਹਾਂ ਬੀਬੀ ਹੈ, ਬੀਬੀ ਕੋਲੋਂ ਸੌ ਕਾਇਨ ਤੇਰਾ। ਔਰਤ ਨੂੰ ਕਹਿਣਾ ਹੈ ਬੀਬੀ, ਓਹਦਾ ਤੇਰਾ ਓਹਦਾ ਸੰਬੰਧ ਤੇਰੇ ਨਾਲ ਔਰਤ ਵਾਲਾ ਹੀ ਹੈ, ਦਾਸੀ ਵਾਲਾ। ਦਾਸੀ ਵਾਲਾ ਜੇ ਸੰਬੰਧ ਹੈ ਔਰਤ ਨੂੰ ਬਰਾਬਰ ਤਾਂ ਮੰਨਦੀ ਨੀ ਬਾਣੀ। ਠੀਕ ਹੈ ਜੀ, ਅੱਛਾ ਜੀ, ਬੀਬੀ ਜੇ ਬੀਬੀ ਆਊ ਤਾਂ ਇਸਤਰੀ ਲੈਂਦੇ, ਹਾਂ ਬੀਬੀ ਕਹਿ ਲੋ ਤਾਂ, ਹਾਂ ਚਾਹੇ ਬੀਬੀ ਕਹਿ ਲੋ ਚਾਹੇ ਔਰਤ ਕਹਿ ਲੋ, ਮੁੰਡੂ ਤਾਂ ਇਸਤਰੀ ਲੈਂਦੇ ਆਊ ਲਫ਼ਜ਼। ਹਾਂਜੀ ਹਾਂ, ਉਹਦੇ ਨਾਲ ਦਾਸੀ ਆ ਉਹ, ਇਸਤਰੀ ਰੂਪ ਚੇਰੀ ਕੀ ਲਈ। ਅੱਛਾ ਜੀ, ਉਹ ਤਾਂ ਨਹੀਂ ਫਿਰ ਭਰਤਾ ਰਹੇ, ਇਸਤਰੀ ਚੇਰੀ ਕੀ ਲਈ ਬੰਦੀ। ਅੱਛਾ, ਠੀਕ ਹੈ ਜੀ, ਬੀਬੀ ਕੌਲਾ ਸੌ ਕਾਇਨ ਤੇਰਾ, ਕਹਿਣ ਦਾ ਮਤਲਬ ਓਹਦੇ ਨਾਲ ਔਰਤ ਵਾਲਾ ਰਿਸ਼ਤਾ ਨਾ, ਦਾਸੀ ਵਾਲਾ ਹੈ, ਦਾਸੀ ਵਾਲਾ ਰਿਸ਼ਤਾ, ਨਿਰੰਕਾਰ ਆਕਾਰ ਹੈ, ਨਿਰੰਕਾਰ ਆਕਾਰ ਹੈ, ਤੂੰ ਨਿਰੰਕਾਰ ਹੈ ਉਹ ਤੇਰਾ ਆਕਾਰ ਹੈ, ਤੂੰ ਨਿਰੰਕਾਰ ਹੈ ਉਹ ਆਕਾਰ ਵਾਲੀ ਹੈ, ਇੱਛਾ ਆਕਾਰ ਹੈ, ਤੇਰਾ ਹੀ ਆਕਾਰ ਹੈ ਉਹ। ਅੱਛਾ ਜੀ, ਇੱਛਾ ਬਦਲੀ ਵੀ ਜਾ ਸਕਦੀ ਹੈ ਨਾ, ਇੱਛਾ ਹੀ ਡਿਪੈਂਡ ਨਹੀਂ ਹੈ, ਇੱਛਾ ਕਰਨ ਵਾਲੇ ਦੀ ਮਰਜ਼ੀ ਹੈ, ਜਿਹੜੀ ਉਹੀ ਇੱਛਾ ਹੈ। ਅੱਛਾ ਜੀ, ਠੀਕ ਹੈ ਜੀ, ਭਗਤੀ ਕਰਤ ਮੇਰੇ ਤਾਲ ਛਿਨਾਏ, ਕਹਿ ਪੈ ਕਰੋ ਪੁਕਾਰਾ। ਔਖੀ ਗੱਲ ਹੈ ਥੋੜੀ ਜੀ, ਹੁਣ ਗੱਲ ਹੈਗੀ ਸਾਜੁਗ ਦੀ। ਅੱਛਾ ਜੀ, ਆਹੋ ਭਗਤੀ ਕਰਦਾ ਸੀ ਸਾਜੁਗ ਦੇ ਵਿੱਚ, ਮੈਂ ਸਤਯੁਗ ਦੇ ਵਿੱਚ ਸੱਤ ਕਹਿ ਸਭ ਕੋਈ ਘਰ ਘਰ ਗੁਰਮੁਖੀ ਭਗਤੀ ਹੋਈ, ਸਾਰਿਆਂ ਦੇ ਅੰਦਰ ਗੁਰਮੁਖੀ ਭਗਤੀ ਸੀ ਸਾਜੁਗ ਦੇ ਵਿੱਚ। ਅੱਛਾ ਜੀ, ਮੇਰੀ ਜਿਹੜੀ ਤਾਲ ਸੀ ਨਾ, ਤਾਲ ਮਿਲੀ ਹੋਈ ਹੁਕਮ ਦੀ, ਛੁੱਟ ਗਈ ਤਾਲ, ਛੀਨੀ ਗਈ, ਛਿਨਾਏ ਛਿਨ ਗਈ ਤਾਲ ਮੇਰੀ, ਉਹ ਤਾਲ ਛੁੱਟ ਗਿਆ ਮੇਰਾ, ਤਾਲ ਮੇਰੀ ਬੇਤਾਲਾ ਹੋ ਗਿਆ, ਉੱਥੇ ਧਿਆਨ ਆਸੇ ਪਾਸੇ ਹੋ ਗਿਆ, ਮੈਂ ਬੇਤਾਲਾ ਹੋ ਗਿਆ, ਛਿਨਾਏ ਤਾਲ ਜਿਹੜੀ ਸੀ ਮੇਰੀ, ਮੇਰੀ ਹੋਈ ਨਾ ਭਗਤੀ ਦੀ, ਜੇ ਨਾ ਛੁੱਟਦੀ ਤਾਂ ਚਲੋ ਜਮਦੀ ਸੀ ਤੁਹਾਨੂੰ, ਉਹੀ ਤਾਲ ਫਿਰ ਬਣਾਉਣ ਵਾਸਤੇ ਜਨਮ ਹੋਇਆ, ਭਗਤ ਕਰਤ ਮੇਰੇ ਤਾਲ ਛਿਨਾਏ। ਅੱਛਾ ਜੀ, ਕਿਸ ਤੇ ਕਰੂੰ ਪੁਕਾਰਾ, ਕਿਹਦੇ ਕੋਲ ਇਹਦੀ ਮੈਂ ਪੁਕਾਰ, ਕਿਹਦੇ ਕੋਲ ਕਰਾਂ ਜਾ ਕੇ। ਅੱਛਾ ਜੀ, ਇਹਦਾ ਰੋਣਾ ਕਿਹਦੇ ਕੋਲੋਂ ਹੋ ਜਾ ਕੇ, ਇਹ ਕਹਿ ਰਿਹਾ ਉਹ ਕਹਿੰਦੇ ਨੇ ਭਗਤੀ ਕਰਦਾ ਸੀ ਬੰਦਰ ਚ, ਮੰਦਰ ਚ ਭਗਤੀ ਕਿੱਥੇ ਕਰਦਾ ਸੀ, ਨਾਲੇ ਨਾਮਦੇਵ ਨੂੰ ਕੀ ਲੋੜ ਹੈ ਮੰਦਰ ਜਾ ਕੇ, ਇਹੀ ਜਿਹੜੀ ਭਗਤੀ ਜਿਹੜੀ ਮੰਦਰ ਚ ਹੁੰਦੀ ਹੈ ਬਾਹਰ ਨਹੀਂ ਹੁੰਦੀ। ਨਾਲੇ ਕਹਿੰਦਾ ਬਹਿ ਗਿਆ ਸੀ ਜਾ ਕੇ ਉਹਨੇ ਠਾਲ ਤਾ, ਉਹਨੂੰ ਕੀ ਲੋੜ ਸੀ ਮੰਦਰ ਜਾ ਕੇ ਭਗਤੀ ਕਰਦੇ ਹੋਈ, ਨਾਲੇ ਇਹੀ ਜੀ ਗੁਰਮਤ ਚ ਭਗਤੀ ਹੈ ਨੀ ਜਿਹੜੀ ਮੰਦਰ ਜਾ ਕੇ ਹੋਵੇ, ਮੰਦਰ ਜਾ ਕੇ ਕੋਈ ਭਗਤੀ ਨੀ ਹੁੰਦੀ, ਮੰਦਰ ਤਾਂ ਦਰਸ਼ਨ ਨੂੰ ਜਾਂਦੇ ਹੁੰਦੇ ਨੇ, ਪੂਜਾ ਕਰਨ ਜਾਂਦੇ, ਭਗਤੀ ਦਾ ਤਾਂ ਹੈ ਹੀ ਨੀ ਕੁਛ ਇਹਨਾਂ ਦਾ। ਅੱਛਾ ਜੀ, ਨਾਮੇ ਕਾ ਸਵਾਮੀ ਅੰਤਰ ਜਾਮੀ, ਫਿਰੇ ਸਗਲ ਬੇਦੀ ਸਵਾਹ। ਸਵਾਮੀ ਹੈ ਤਾਂ ਅੰਤਰ ਜਾਮੀ ਬੇਦੀ ਦਾ ਗੱਲ ਜਾਣਦਾ, ਉਹ ਅੰਦਰ ਦੀ ਗੱਲ ਸਾਰੀ ਜਾਣਦਾ, ਪਤਾ ਵਿਦੇਸ਼ ਵਾ ਫਿਰਦਾ ਆਪਣੇ ਦੇਸ਼ ਚ ਨੀ ਜਾਂਦਾ, ਗੱਲ ਤਾਂ ਦੇਸ਼ ਚ ਆਉਂਦੀ ਹੈ, ਦੇਸ਼ ਵਿੱਚ ਨੀ ਅਜੇ।
ਸੀ ਫਿਰ ਉੱਥੇ ਤਾਂ ਤਾਲ ਮਿਲ ਜਾਂਦੀ ਹੈ ਫਿਰ ਫਿਰ ਮੇਰੇ ਤਾਲ ਜਿਹੜੀ ਹੈ ਫਿਰ ਬੜੀ ਅੱਛਾ ਜੀ ਆਪਾਂ ਜਿਹੜਾ ਹੁਣ ਦੋ ਮਿੰਟਾਂ ਸਮੁੱਚਾ ਭਾਵ ਕੱਢਣਾ ਹੋਵੇ ਕਿਉਂਕਿ ਕਾਫੀ ਔਖਾ ਸ਼ਬਦ ਹੈ ਸਮੁੱਚਾ ਭਾਵ ਕੀ ਨਿਕਲੇਗਾ ਦੱਸਤਾ ਸਾਰਾ ਚਮਨ ਕੋਸ ਕਾ ਮੰਦਰ ਵੀ ਦੱਸਤਾ ਹੁਣ ਉਹ ਸਾਰੀ ਗੱਲ ਵੀ ਦੱਸਤੀ ਸੌਦੀ ਗੱਲ ਇਹ ਹੈ ਮੁਕਤੀ ਵਿਦੇਸ਼ ਬਾਹਰ ਜੇ ਦੇਸ਼ ਵਿੱਚ ਜਾਵੇ ਆਪਣੇ ਚ ਤਾਂ ਫਿਰ ਗੱਲ ਬਣ ਜਾਏ ਫਿਰ ਭਗਤੀ ਆਪਣਾ ਦੇਸ਼ ਜਾਣ ਦੀ ਗੱਲ ਹੈਗੀ ਹੈ ਪਰ ਇਹ ਅਜੋ ਵਿਦੇਸ਼ ਵਾਸਤ ਹੈ ਵਿਦੇਸ਼ ਦੇ ਵਿੱਚ ਮੰਦਰ ਨੇ ਵਿਦੇਸ਼ ਦੇ ਵਿੱਚ ਭਗਤੀ ਕਰਦੇ ਨੇ ਲੋਕ ਦੇਸ਼ ਦੀ ਗੱਲ ਕੋਈ ਕਰਦਾ ਜੀ ਉਹ ਐਂ ਦੱਸ ਰਿਹਾ ਅੱਛਾ ਜੀ ਗੱਲ ਦੇਸ਼ ਚ ਅੱਗੇ ਬਣਨੀ ਆ ਲੋਕ ਦੇਸ਼ ਦੀ ਗੱਲ ਕਰਦੇ ਹੀ ਨੀ ਮੰਦਰ ਦੀ ਗੱਲ ਤਾਂ ਕਰਦੇ ਨੇ ਦੇਸ਼ ਦੀ ਗੱਲ ਕੋਈ ਨੀ ਕਰਦਾ ਠੀਕ ਹੈ ਜੀ ਹਾਂ ਇੱਥੇ ਸਮਾਪਤੀ ਸ਼ਬਦ ਦੀ